ਮੈਂ ਕਿਹਾ ਕਾਰੋਬਾਰ ਹੋਰ ਕਰੋ ਅਗਲੇ ਦਿਨ ਫਿਰ ਮੈਂ ਨਾਸ਼ਤਾ ਲਾ ਲਿਆ ਇਹ ਕੰਮ ਚੱਲਣ ਵਾਲਾ ਹੀ ਵੱਡੀ ਦੇਗ ਦੇ ਵਿੱਚ ਦੋ ਪਲੇਟਾਂ ਚੌਲਾਂ ਦੀਆਂ ਲੈ ਕੇ ਰੇੜੀ ਤੇ ਲਾ ਲਈਆਂ ਔਰ ਰੇੜੀ ਲੈ ਕੇ ਮੈਂ ਜਾ ਰਿਹਾ ਮਾਰਕੀਟ 'ਚ ਮੈਂ ਰੇੜੀ ਖੜੀ ਕੀਤੀ 10:30 ਹੋ ਗਏ ਭੁੱਖ ਲੱਗੀ ਇੱਕ ਪਲੇਟ ਮੈਂ ਖਾ ਲਈ ਉੱਥੇ ਇੱਕ ਪੁਲਿਸ ਵਾਲਾ ਆ ਗਿਆ ਕਹਿੰਦਾ ਤੇ ਰੇੜੀ ਖੜੀ ਕਰਨੀ ਤੇ ਮੈਨੂੰ ਵੀ ਚੌਲ ਖਵਾ ਦੂਜੀ ਪਲੇਟ ਉਹਨੂੰ ਖਵਾ ਕੇ ਫਿਰ ਮੈਂ ਦੁਕਾਨ ਬੰਦ ਕਰ ਦਿੱਤੀ ਚੌਲੀ ਤੇਰਾ ਕਾਰੋਬਾਰ ਹੈ ਵੱਡਾ ਤੂੰ ਨਾਲ ਨਾ ਬੰਦੇ ਰੱਖਿਆ ਕਰ ਬੰਦੇ ਰੱਖੇ ਸੀ ਉਹਨੇ ਇੱਕ ਪਲੇਟ ਖਾ ਲਈ ਨਾ ਅਗਲੇ ਦਿਨ ਫਿਰ ਰੇੜੀ ਮੇਰੇ ਕੋਲ ਸੀ ਮੈਂ ਕਿਹਾ ਕਾਰੋਬਾਰ ਹੋਰ ਕਰੋ ਨਹੀਂ ਇਹ ਤਾਂ ਜੰਗਾ ਕਿ ਤੇਰਾ ਦੁਕਾਨ ਨੂੰ ਪਈਏ ਲਵਾਏ ਨਾ ਤੂੰ ਹਾਂ ਸਰਦੀਆਂ ਦਾ ਫਿਰ ਸੀਜ਼ਨ ਲਾਇਆ ਮੈਂ ਲੰਡੇ ਦਾ ਕਾਰੋਬਾਰ ਕੀਤਾ ਗੰਡਾ ਲਈਆਂ ਹੋਣੀਆਂ ਨੇ ਵੱਡੀਆਂ ਨਹੀਂ 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 ਇੱਕ ਕੋਟ ਲੈ ਕੇ ਰੇੜੀ ਤੇ ਲਾ ਲਿਆ ਉਹ ਕੋਟ ਲਿਆ ਕੇ ਮੈਂ ਖੜਾ ਕੀਤਾ ਇੱਕ ਬੰਦਾ ਕਹਿੰਦਾ ਵੇਚਣਾ ਮੈਂ ਕਿਹਾ ਵੇਚਣਾ ਕਹਿੰਦਾ ਕਿੰਨੇ ਦਾ ਮੈਂ ਕਿਹਾ 900 ਰੁਪਏ ਦਾ ਕਹਿੰਦਾ 800 ਦਵਾਂ ਮੈਂ ਕਿਹਾ ਲਿਆ ਦੇ ਉਹਨੇ 800 ਜੇਬ ਚੋਂ ਕੱਢਿਆ ਉਤੋਂ ਬਾਰਿਸ਼ ਆ ਗਈ ਕੋਟ ਮੈਂ ਪਾ ਲਿਆ ਦੁਕਾਨ ਬੰਦ ਕਰਤੀ ਫਿਰ ਮੈਂ ਕਿਹਾ 800 ਲੈ ਕੇ ਆਪ ਕਿਉਂ ਠੰਡ ਲਵਾ ਲਾ 900 ਉੱਤੇ ਲੱਗ ਜਾਈ ਕੌਣ ਜ਼ਿੰਮੇਦਾਰ ਭਾਈ ਜੀ ਅੱਛਾ ਜੀ ਤੇਰੀਆਂ ਮੇਰੀਆਂ ਤੇ ਗੱਲਾਂ ਹੁੰਦੀਆਂ ਰਹਿਣ ਦੀਆਂ ਭਾਈ ਤੇਰਾ ਘੋੜਾ ਖੁੱਲਾ ਫਿਰਾਂਦੇ ਆ ਉਹ ਜਿੱਤੇ ਬਹਿ ਕੇ ਡਾਕੇ ਮਾਰਦਾ ਉਹ ਅੱਛਾ ਵੇ ਦੋਵਾਂ ਦੀ ਸ਼ਕਲ ਕੈਸੀ ਇੱਕ ਦੂਜੇ ਨਾਲ ਨੈਣ ਨਕਸ਼ ਵੀ ਲਾ ਲਵੇ ਲੋ ਜੀ ਫਿਰ ਕਾਰੋਬਾਰ ਨੂੰ ਵਧਾਇਆ ਮੈਂ ਹਾਂ ਅਗਲੇ ਦਿਨ ਫਿਰ ਰੇੜੀ ਮੇਰੇ ਕੋਲ ਸੀ ਫਿਰ ਜੁੱਤੀਆਂ ਦਾ ਕਾਰੋਬਾਰ ਮੈਂ ਕਰ ਲਿਆ ਕਿੰਨਾ ਹੋਇਆ ਹੀ ਵੱਡਾ ਕੰਮ 10-12 ਜੋੜੇ ਲੈ ਕੇ ਰੇੜੀ ਤੇ ਲਾ ਲੈ ਥੋੜੇ ਹੀ ਨੇ 10-12 ਜੋੜੇ ਐਡਾ ਢੇਰ ਲੱਗ ਜਾਂਦਾ ਐਡਾ ਨਹੀਂ ਲੱਗਦਾ ਯਾਰ ਹਮ ਚੰਨਾ ਦੀ ਜੁੱਤੀ ਐਡਾ ਢੇਰ ਬੜੀ ਗੱਲ ਓਏ ਇੰਨਾ ਕਿ ਢੇਰ ਬਰਾਬਰ ਦੇ ਸੀ ਹਿਸਾਬ ਦੇ ਨਾਲ 10-12 ਜੋੜੇ ਲੋ ਜੀ ਲਿਜਾ ਕੇ ਰੇੜੀ ਮੈਂ ਮਾਰਕੀਟ 'ਚ ਖੜੀ ਕੀਤੀ ਆ ਸੱਜੇ ਖੱਬੇ ਦੁਕਾਨਾਂ ਤੇ ਖੱਪ ਪੈ ਗਈ ਵੀ ਨਵੀਂ ਦੁਕਾਨ ਖੁੱਲੀ ਲੋਕੀ ਮੁਬਾਰਕਾਂ ਦੇਣ ਹੁਣ ਮਠਿਆਈਆਂ ਲੈ ਲੈ ਆ ਰਹੇ ਨੇ ਲੋਕੀ ਭੰਗੜੇ ਪਾਉਣ ਪਹਿਲੀ ਦਿਨ ਲੋ ਜੀ 10:30 ਵਜੇ ਮੇਰੇ ਸੱਜੇ ਖੱਬੇ ਰੇੜੀਆਂ ਵਾਲੇ ਦੀ ਲੜਾਈ ਹੋ ਪਈ ਫਿਰ ਉੱਥੇ ਫਿਰ ਮੇਰੀਆਂ ਜੁੱਤੀਆਂ ਚੱਲੀਆਂ ਸਾਰੀਆਂ ਮੇਰਾ ਕਾਰੋਬਾਰ ਪੂਰੇ ਬਾਜ਼ਾਰ 'ਚ ਫੈਲ ਗਿਆ ਚੋਰੀ ਲੜਾਈ ਝਗੜੇ ਵਾਲੀ ਗੱਲ ਨਾ ਕਰ ਮੇਰਾ ਭਰਾ ਅੱਗੇ ਦਿਲ ਦਾ ਮਾੜਾ ਉਹ ਅਗਲੇ ਦਿਨ ਫਿਰ ਮੈਂ ਕੀਤਾ ਮੈਂ ਕਿਹਾ ਕਿ ਗੁਜਰਾਂ ਵਾਲੇ ਦਾ ਹਿਸਾਬ ਨਾਲ ਕਾਰੋਬਾਰ ਕਰੋ ਮੈਂ ਚਿੜਿਆਂ ਦਾ ਕਾਰੋਬਾਰ ਕੀਤਾ ਐ ਚੰਗਾ ਕੀਤਾ ਕਹੀ ਹੋਣਾ ਗੁਜਰਾਂ ਇੱਕ ਚਿੜਾ ਲੈ ਕੇ ਰੇੜੀ ਤੇ ਲਾ ਲਿਆ ਫਿਰ ਉਹ ਮੈਂ ਜਿਗਰ ਕੇ ਰੇੜੀ ਲੈ ਕੇ ਜਾ ਰਿਹਾ ਜੰਪ ਲੱਗਾ ਚਿੜਾ ਉੱਡ ਗਿਆ ਮੈਂ ਫਿਰ ਛੁੱਟੀ ਕਰ ਲਈ ਹੋ ਗਿਆ ਕਾਰੋਬਾਰ ਮੈਂ ਕਿਹਾ ਮੈਂ ਕਾਰੋਬਾਰ ਦੇ ਪਿੱਛੇ ਦੌੜਦਾ ਫਿਰ ਨਹੀਂ ਬੜੀ ਗੱਲ ਆ ਚੰਦ ਸਾਡੇ ਭੈਣ ਦਾ ਨਹੀਂ ਪਤਾ ਅੱਛਾ ਜੀ ਹਾਂ ਇਹ ਮਾਸ਼ਾਅੱਲਾ ਸਾਡੇ ਭੈਣ ਐਡੇ ਕਲਾਸ ਤੁਹਾਨੂੰ ਇਹਨਾਂ ਦੀ ਸੁਹਾਗ ਰਾਤ ਦਾ ਨਹੀਂ ਪਤਾ ਅੱਛਾ ਜੀ ਜਦੋਂ ਬੰਦੇ ਇਹਨਾਂ ਦੀ ਸੁਹਾਗ ਰਾਤ ਹੋਈ ਹੈ ਨਾ ਜਾਂਦੇ ਪੁੱਤਰ ਦਾ ਦੋ ਮਿੰਟ ਬੰਦ ਕਰ ਹੋ ਗਿਆ ਓਕੇ ਆਪਣੇ ਆਪ ਨੂੰ ਮਾਫੀ ਮੰਗਦਾ ਜਿੱਡੀ ਜ਼ੋਰ ਨਾਲ ਭਾਜੀ ਤੁਸੀਂ ਬੋਲਦੇ ਸੀ ਬਗੈਰ ਫੋਨ ਤੇ ਭਾਵੇਂ ਗੱਲ ਕਰਦੇ ਰਹਿੰਦੇ ਆਵਾਜ਼ ਤੁਹਾਡੀ ਪਹੁੰਚ ਜਾਣੀ ਸੱਤੇ ਤੱਕ ਸੁਧਾਰ ਦਾ ਇਹੋ ਜਿਹੇ ਬੰਦੇ ਨਾਲ ਨਿੰਦਰ ਜੀ ਵੇਲਾ ਕਰਦਾ ਮੋਟਰ ਬੰਦ ਕਰ ਦਿਓ ਮੋਟਰ ਬੰਦ ਕਰ ਦਿਓ ਡਿਗੀਆਂ ਭਾਬੀ ਨੇ ਅੱਜ ਕਰਕੇ ਉਹ ਉੱਥੇ ਮੰਜੀ ਤੇ ਬੈਠੀ ਨੱਕ ਤੇ ਹੱਥ ਰੱਖਿਆ ਹਾਏ ਉਹਨਾਂ ਨੂੰ ਇੰਨੀ ਭੋ ਆਈ ਏ ਉਹਨਾਂ ਸਭ ਤੋਂ ਪਹਿਲਾਂ ਅਗਰਬੱਤੀਆਂ ਕੱਢੀਆਂ ਨੇ ਚੌਂ ਪਾਵਿਆਂ ਦੇ ਵਿੱਚ ਅਗਰਬੱਤੀਆਂ ਲਾਈਆਂ ਨੇ ਤੇ ਇੱਕ ਅਗਰਬੱਤੀ ਭਾਂਡ ਦੇ ਮਗਰਬੱਤੀ ਲਾਈ ਉਹ ਹੋਈ ਅੱਲਾ 19 ਬੱਤੀ ਤੇ ਕਮਰੇ ਦੇ ਵਿੱਚ ਇਹਨੂੰ ਵੱਡਾ ਜੂਣੂ ਬਣ ਬਣ ਕੇ ਫਿਰਾਇਆ ਹੈ ਅੱਛਾ ਤਾਕੇ ਕਮਰੇ ਦੇ ਵਿੱਚ ਕੋਈ ਲਹਿਕ ਆ ਜਾ ਯਾਰ ਸੁਹਾਗਰਾ ਦੇ ਤੇ ਫੇਰ ਪਾਣ ਦਬੇ ਪਾਉ ਗਏ ਨੇ ਇੰਜ ਕਰਕੇ ਇੰਜ ਕਰਕੇ ਗਏ ਨੇ ਤੇ ਇੰਜ ਕਰਕੇ ਭਰਜਾਈ ਦਾ ਕੁੰਡ ਚੁੱਕਿਆ ਆਇਆ ਹੈ ਤੇ ਭਾਬੀ ਅੱਲਾਹ ਦੀ ਰਹਿਮਤ ਨਾਲ ਬੇਹੋਸ਼ ਸਨ ਤੇ ਸਵੇਰੇ ਉੱਠ ਕੇ ਰੌਲਾ ਪਾਤਾ ਕਿ ਮੇਰਾ ਵਲੀਮਾ ਜਾਇਜ਼ ਹੈ ਬੜੀ ਗੱਲ ਹੈ ਹਾਲੇ ਭਰਾ ਦੀ ਸੁਹਾਗਰਾ ਤੋਂ ਹੀ ਨਾ ਕੀ ਬਾਤ ਅੱਛਾ ਜੀ ਰਾਤ ਨੂੰ 3:30 ਵਜੇ ਮੈਨੂੰ ਫੋਨ ਕਰਦਾ ਮੈਂ ਕਿਹਾ ਹਾਂ ਕਹਿੰਦਾ ਮੈਨੂੰ ਬਚਾ ਲੈ ਮੈਂ ਕਿਹਾ ਕੀ ਹੋਇਆ ਕਹਿੰਦਾ ਮੈਂ ਅੰਦਰ ਜਾ ਪਿਆ ਕਮਰੇ 'ਚ ਮੈਂ ਜਾ ਪਿਆ ਗਏ ਉਹ ਮੈਂ ਜੁੱਤੀ ਨਾਲ ਪੈਰ ਸਲਿਪ ਹੋ ਗਿਆ ਮੈਂ ਜਾ ਪਿਆ ਉਹਦਾ ਪੈਰ ਸਲਿਪ ਹੋ ਗਿਆ ਤੇ ਵਾਲਾਂ ਨੂੰ ਹੱਥ ਨਾ ਪੈਣਾ ਤੇ ਇਹਨੇ ਲੱਭਣਾ ਹੀ ਨਹੀਂ ਸੀ ਹਮਾਂ ਚ ਜਾ ਕੇ ਬਚਿਆ ਹੈ ਔਰ ਤੁਹਾਨੂੰ ਪਤਾ ਹੈ ਇਹ ਇਹਨਾਂ ਦੀ ਨਸਲ ਦੇ ਨੇ ਉਦੋਂ ਇਹਨਾਂ ਦੇ ਮਾਂ ਪਿਓ ਦੇ ਨਾਮ ਵੀ ਬੜੇ ਅਜੀਬ ਹੁੰਦੇ ਸਨ ਇਹਦੇ ਪਿਓ ਦਾ ਨਾਂ ਸੀ ਕਛੂ ਸੱਪਾ ਇਹਦੀ ਵਾਲਦਾ ਦਾ ਨਾਂ ਸੀ ਛਵਾ ਭਾਊ
ਉਹ ਗਾਹੇ ਬਗਾਹੇ ਜੰਗਲ 'ਚ ਵਾਲਦਾ ਦੇ ਨਾਲ ਭਾਉ ਭਾਉ ਕਰਦੇ ਰਹਿੰਦੇ ਸਨ। ਫਿਰ ਇਹਦੀ ਇੱਕ ਵੱਡੀ ਭੈਣ ਹੋਈ 400 ਸਾਲ ਤੋਂ ਬਾਅਦ ਨਗੋੜੀ, ਉਹਦੇ ਵੱਡੇ ਜੀ ਨਾਲ ਨਜਾਇਜ਼ ਤਲੁਕਾ ਸਨ। ਇਹਨੇ 1105 'ਚ ਗੈਰਤ ਖਾਧੀ, ਪਤਾ ਨਹੀਂ ਉਦੋਂ ਤਾਰੀਖ ਦੱਸਦੀ ਏ ਕਿ ਗੈਰਤ ਹੁੰਦੀ ਸੀ ਜਾਂ ਨਹੀਂ ਸੀ ਹੁੰਦੀ, ਇਹਨੇ ਖਾਧੀ। ਇਹਨੇ ਉੱਥੋਂ ਕੱਲਰ ਕੁਹਾੜ ਸਾਡੇ ਜੰਗਲਾਂ 'ਚ ਵਿੱਚ ਆ ਕੇ ਬਸੇਰਾ ਕੀਤਾ ਤੇ 20 ਸਾਲ ਵੱਡੇ ਚਪੈਜ਼ੀ ਬਾਂਦਰ ਦੇ ਮੂੰਹ 'ਚ ਮੂੰਹ ਪਾ ਕੇ ਤੇ ਆ ਖਲੋਤੇ ਜੀ। ਹਾਂਜੀ, ਫਿਰ ਜਾ ਕੇ ਗੋਸ਼ੀ ਤੂੰ ਹੋਇਆ, ਬੜੀ ਮਿਹਨਤ ਕੀਤੀ ਵੀ, ਇਹ ਤੇ ਐਵੇਂ ਹੀ ਹੋ ਜਾਂਦਾ। ਤੇਰੇ ਕੋ ਸਾਰੇ ਜੁਗਤ ਕਰ, ਤੂੰ ਕੌਮ ਨਾਲ ਖਿਤਾਬ ਸ਼ੁਰੂ ਕਰਤਾ। ਔਰ ਇਹਦੀ ਕੀ ਗੱਲ ਕਰਨਾ, ਬੜਾ ਅੱਛੀ ਬਾਤ ਨਹੀਂ ਹੈ ਯਾਰ। ਕੀ ਚਾਹ ਲੈ ਕੇ ਰੂੜੀ ਤੇ ਫਿਰਨ ਨੇ? ਮੈਂ ਕਿਹਾ ਕਿੱਧਰ? ਕਹਿੰਦਾ ਰਸ ਲੱਭਣ ਡਿਆ। ਤੂੰ ਬਹੁਤ ਤੇਜ਼। ਮੈਂ ਕਿਹਾ ਤੇਰੀ ਬੇਕਰੀ ਤਾਂ ਲਾਣਾ ਤੇ ਬਗੈਰਤ। ਕੱਲ ਕੁੱਤੇ ਨੂੰ ਦੰਦੀ ਵੜ ਕੇ ਕਹਿੰਦਾ ਹੁਣ ਪਤਾ ਲੱਗਾ ਕਿੰਨੀ ਪੀੜ ਹੁੰਦੀ। ਤੇ ਫਿਰ ਤੂੰ ਦੱਸਿਆ ਤਾਂ ਨਹੀਂ ਕਿੰਨੀ ਪੀੜ ਹੁੰਦੀ? ਓਏ ਨਹੀਂ ਨਹੀਂ, ਦੱਸ ਤਾਂ ਦੇਈਦਾ ਅੰਦਰ। ਆਹ ਦੇਖੋ, ਆਹ ਜਾ ਉਹ ਮੈਂ ਵੇਖ ਲਿਆ ਯਾਰ, ਦਫਨਾ ਦੇ। ਕੁੱਤਾ ਰੋੜੀ ਤੇ ਮਰਿਆ ਤੇ ਇਹ ਨੱਕ ਫੜ ਗਿਆ ਤੇ ਕੋਲੋਂ ਲੰਘੇ ਪਿਆ। ਕੁੱਤਾ ਉੱਠ ਕੇ ਬਹਿ ਗਿਆ, ਆਉਂਦਾ ਭੜਿਆ ਤੇਰੀ ਬੋਨ ਤੇ ਮੈਂ ਮਰਿਆ। ਕੋਲ ਤਾਂ ਕਰ ਪਾ, ਧੁੰਦ ਚ ਖਲੋਤਾ ਰੋਣ ਡਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਪਤਾ ਨਹੀਂ ਕੌਣ ਚਪੇੜਾ ਮਾਰ ਗਿਆ। ਹਵਾਈ ਫੈਂਟੀ ਭਾਈ, ਬੰਦਾ ਹੀ ਲੰਮਾ ਡਿਆ। ਰੋਣ ਇਕ ਮਾਰ ਪੈ ਗਈ ਉਹਨੇ ਗੰਨਾ ਵਿੱਚ ਦਿੱਤਾ ਮਸ਼ੀਨ 'ਚ ਰੋਹ ਕੱਢਣ ਦਾ। ਗੰਨੇ ਤੇ ਬਹਿ ਕੇ ਝੂਟੇ ਲੈਣ ਲੱਗੀ। ਲੈ ਵੀ ਪੀ ਜੇਬ ਚ ਕੱਢ ਕੇ 300 ਆਂਦਾ, ਛੱਤ ਪਾ ਦਿਓ। ਕੱਲ ਸਾਲਾ ਰਿੜਦਾ ਤੁਰਿਆ ਜਾਏ, ਮੈਂ ਕਿਹਾ ਤੁਰਦਾ ਨੀ। ਬਾਅਦ ਪਤਾ ਲੱਗਾ ਖੇੜੀ ਜੁੱਤੀ ਪਾਈ ਤੇ ਪੈਰ ਨੀ ਚੁੱਕੇ ਜਾਣ ਡਿਆ। ਜਾਨ ਬਣਾ ਮੈਂ ਕੱਢਣ ਆਉਣਾ। ਇਹ ਗੁਜਰਾਲ ਚ ਮੰਗਦਾ ਸੀ, 30 ਮੰਜ਼ਲ ਤੇ ਬੰਦਾ ਖਲੋਤਾ, ਕਹਿੰਦਾ ਭਾਜੀ ਥੱਲੇ ਆਓ ਥੱਲੇ ਆਓ। ਵਿਚਾਰਾ ਇੰਨੀਆਂ ਪੌੜੀਆਂ ਉਤਰ ਕੇ ਥੱਲੇ ਆਇਆ, ਕਹਿੰਦਾ ਜੀ ਭਾਜੀ, ਕਹਿੰਦਾ ਅੱਲਾ ਦੇ ਨਾਂ ਦੇ ਕੁਛ ਦੇ ਦਿਓ। ਉਹ ਵੀ ਗੁਜਰਾਣੇ ਦਾ ਆਖਿਆ ਖੜਾ ਸੀ, ਕਹਿੰਦਾ ਭਾਜੀ ਉੱਤੇ ਆ ਜਾਓ। ਉਹ 3 ਮੰਜ਼ਲਾਂ ਉੱਤੇ ਲਿਜਾ ਕੇ ਕਹਿੰਦਾ ਭਾਜੀ ਮਾਫ ਕਰੋ। ਮਾਫ ਕਰੋ ਭਾਜੀ।